ਵੇਖਣ ਤੇ ਸੁਣਨ ਵਾਲਿਆਂ ਨੂੰ ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹਾਂਜੀ ਮਾਂ ਜੀ, ਕੀ ਹਾਲ ਚਾਲ ਹੈ? ਠੀਕ ਠਾਕ। ਅੱਜ ਕਿਹੜਾ ਕਲਾਮ ਪੜ੍ਹ ਰਿਹਾ ਜੀ? ਅੱਜ ਮਰਾਜ ਸ਼ਰੀਫ ਦਾ। ਮਰਾਜ ਸ਼ਰੀਫ ਦਾ, ਕਿਉਂਕਿ ਮਰਾਜ ਸ਼ਰੀਫ ਦਾ ਮਹੀਨਾ ਹੈ ਇਸ ਲਈ। ਦਿਨ ਵੀ ਆ, ਦਿਨ ਵੀ ਆ। ਚਲੋ ਜੀ, ਮਰਾਜ ਸ਼ਰੀਫ ਨੂੰ ਕੀ ਹੋਇਆ ਸੀ? ਅਰਸ਼ਾਂ ਤੇ ਗਏ ਸੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ। ਅਰਸ਼ਾਂ ਤੇ ਗਏ, ਅਰਸ਼ਾਂ ਤੇ ਗਏ, ਰੱਬ ਦੇ ਨਾਲ ਮੁਲਾਕਾਤ ਕਰਕੇ ਆਏ ਹੈਂ। ਸਹੀ ਹੋ ਗਿਆ। ਚਲੋ ਪੜ੍ਹੋ ਫਿਰ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਘਾਰਾਂ ਵਿੱਚ ਰੋਮਨ ਵਾਲਿਆਂ ਨੂੰ ਮਹਿਮਾਨ ਬੁਲਾਇਆ ਜਾਣਾ ਏ। ਘਾਰਾਂ ਵਿੱਚ ਰੋਮਨ ਵਾਲਿਆਂ ਨੂੰ ਮਹਿਮਾਨ ਬੁਲਾਇਆ ਜਾਣਾ ਏ। ਸਫਾ ਬਣ ਕੇ ਖਲੋਣਾ ਨਬੀਆਂ ਨੇ ਰਾਹ, ਮਲ ਕੇ ਬਹਿਣਾ ਵਲੀਆਂ ਨੇ। ਸਫਾ ਬਣ ਕੇ ਖਲੋਣਾ ਨਬੀਆਂ ਨੇ ਰਾਮ, ਮਲ ਕੇ ਬਹਿਣਾ ਵਲੀਆਂ ਨੇ। ਮਹਾਬੂਬ ਦੇ ਸਾਰੇ ਅਰਸ਼ੀਆਂ ਨੂੰ ਦੇਦਾਰ ਕਰਾਇਆ ਜਾਣਾ ਏ। ਮਹਾਬੂਬ ਦੇ ਸਾਰੇ ਅਰਸ਼ੀਆਂ ਨੂੰ ਦੇਦਾਰ ਕਰਾਇਆ ਜਾਣਾ। ਚੰਨ ਮੁੜ ਮੁੜ ਕੇ ਰਾਹ ਤੱਕਦਾ ਏ ਅੱਜ ਅਰਸ਼ ਬੀਤਾਂਗਾ ਰੱਖਦਾ ਏ। ਚੰਨ ਮੁੜ ਮੁੜ ਕੇ ਰਾਹ ਤੱਕਦਾ ਏ ਅੱਜ ਅਰਸ਼ ਬੀਤਾਂਗਾ ਰੱਖਦਾ ਏ। ਰਲ ਬਹਿਣਾ ਏ ਦੋ ਜਾਤਾਂ ਨੇ ਅੱਜ ਨੂਰ ਵਸਾਇਆ ਜਾਣਾ ਏ। ਰਲ ਬਹਿਣਾ ਏ ਦੋ ਜਾਤਾਂ ਨੇ ਅੱਜ ਨੂਰ ਵਸਾਇਆ ਜਾਣਾ ਏ। ਇਸ ਰਾਤ ਦੇ ਤਾਰੇ ਦਸ ਦਿਨੇ ਅੱਜ ਅਰਸ਼ ਸਜਾਇਆ ਜਾਣਾ ਏ। ਟੁਰੇ ਮੱਕੇ ਤੋਂ ਦੋ ਰਾਈ, ਜਿਬਰਾਈਲ ਤੇ ਰੱਬ ਦਾ ਇੱਕ ਮਾਈ। ਟੁਰੇ ਮੱਕੇ ਤੋਂ ਦੋ ਰਾਈ, ਜਿਬਰਾਈਲ ਤੇ ਰੱਬ ਦਾ ਇੱਕ ਮਾਈ। ਇੱਕ ਸਦਰਾ ਤੇ ਰਹਿ ਜਾਣਾ ਏ, ਇੱਕ ਕੋਲ ਬੁਲਾਇਆ ਜਾਣਾ ਏ। ਇੱਕ ਸਿਦਰਾ ਤੇ ਰਹਿ ਜਾਣਾ ਏ, ਇੱਕ ਕੋਲ ਬੁਲਾਇਆ ਜਾਣਾ ਏ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਅੱਜ ਐਸੀ ਘੜੀ ਇੱਕ ਆਉਣੀ ਏ, ਕੁਝ ਮੰਨਣੀ ਕੁਝ ਮਨਾਉਣੀ। ਸੁਭਾਨ ਅੱਲਾ। ਅੱਜ ਐਸੀ ਘੜੀ ਇੱਕ ਆਉਣੀ ਏ, ਕੁਝ ਮੰਨਣੀ ਕੁਝ ਮਨਾਉਣੀ ਏ। ਬੂਹੇ ਜੰਨਤਾਂ ਵਾਲੇ ਖੁੱਲਣੇ ਨੇ, ਦੋਜ਼ਖ ਨੂੰ ਬਜਾਇਆ ਜਾਣਾ ਏ। ਬੂਹੇ ਜੰਨਤਾਂ ਵਾਲੇ ਖੁੱਲਣੇ ਨੇ, ਦੋਜ਼ਖ ਨੂੰ ਬਜਾਇਆ ਜਾਣਾ ਏ। ਐ ਬਸ਼ੀਰ ਕੌਮ ਕਸੋਨੇ ਉੱਤੇ ਅੱਜ ਜਾਗਣਗੇ ਸਾਡੇ ਭਾਗ ਸੁਤੇ। ਅੱਜ ਬਖਸ਼ਿਆ ਜਾਣਾ ਉਮਤ ਨੇ, ਬਖਸ਼ਿਸ਼ ਨੂੰ ਲਟਾਇਆ ਜਾਣਾ ਏ। ਅੱਜ ਬਖਸ਼ਿਆ ਜਾਣਾ ਉਮਤ ਨੇ, ਬਖਸ਼ਿਸ਼ ਨੂੰ ਲੁਟਾਇਆ ਜਾਣਾ ਏ। ਇਸ ਰਾਤ ਦੇ ਤਾਰੇ ਦੱਸਦੇ ਨੇ ਅੱਜ ਅਰਸ਼ ਸਜਾਇਆ ਜਾਣਾ ਏ। ਘਾਰਾਂ ਵਿੱਚ ਰੋਮਨ ਵਾਲਿਆਂ ਨੂੰ ਮਹਿਮਾਨ ਬੁਲਾਇਆ ਜਾਣਾ ਏ। ਸੁਭਾਨ ਅੱਲਾ।